ਅੱਜ ਸਾਰੀ ਦੀ ਆ ਰਹੀ ਹੈ ਜਾਂ ਮੌਸਮ ਗਿਆ, ਥੋੜ੍ਹੀ ਥੋੜ੍ਹੀ ਬਾਰਿਸ਼ ਲੱਗ ਰਹੀ, ਥੋੜ੍ਹੀ ਥੋੜ੍ਹੀ ਹਵਾ ਚੱਲਣੀ, ਫਿਰ ਵੀ ਲੱਗੇ ਜਾਣੇ ਆਪਣੇ ਦੇ ਰਿਹਾ ਵਾ। ਅਸਲਾਮ ਵਾਲੇਕੁਮ ਭਾਈ ਭੈਣਾਂ ਭਰਾ ਕੀ ਸਲਾਮ ਦਾ, ਤੇ ਬਾਹਰੋਂ ਵੀਡੀਓ ਸ਼ੁਰੂ ਕਰਾਂ ਨਾ ਤਾਂ ਮੈਨੂੰ ਇਹ ਚੰਗੀ ਲੱਗ ਰਹੀ ਉਹ ਬਾਹਰੋਂ ਵੀਡੀਓ ਸ਼ੁਰੂ ਕਰਾਂ ਨਾ ਤਾਂ ਚੰਗੀ ਲੱਗਣੀ ਮਿਕੀ, ਖਾਲੀ ਕਿਚਨ ਬਣੇ ਇੱਥੇ ਬਾਹਰ ਚਲਾ ਫਰੈਸ਼ ਹਵਾ ਲੱਗਣੀ, ਇਹ ਬੂਟੇ ਤਾਂ ਕੋਈ ਨਾ ਬਾਹਰ ਨਿਕਲੀ ਤਾਂ ਅੱਖੀ ਕੀ ਸਕੂਨ ਅਛਨਾ, ਦਿਲਾ ਸਕੂਨ ਹੋਣਾ, ਤਾਜ਼ੀ ਤਾਜ਼ੀ ਹਵਾ ਚੱਲਣੀ ਤਾਂ ਪਿਛਲੇ ਪਾਕਿਸਤਾਨ ਜੇ ਮੌਸਮ ਅਜੇ ਬਈ ਰਹੇ ਹੋਣੇ ਬੰਦੇ ਵੀ ਤਾਂ ਹਵਾ ਚੁੱਲੀ ਪਿਆ ਇਕਦਮ ਗਰਮੀ ਅਸੀਂ ਤਾਂ ਮਿਲਦਾ ਉਹ ਇਸ ਕਣਾ ਹਵਾ ਚੁੱਲੂ ਦੀ ਪੀ ਅਸੀਂ ਚੜ੍ਹ ਪਏ ਸੀ, ਇਤਨਾ ਸੋਹਣਾ ਮੌਸਮ ਇਜਰਾ ਇਸ ਮੌਸਮ ਮੈਂ ਸੈਕੜੀ ਰਹੀ ਹਾਂ ਤਾਂ ਪਾਕਿਸਤਾਨ ਗਈ ਵੀ ਆ ਇਸ ਮੌਸਮ ਇੱਕ ਵਾਰੀ ਤਾਂ ਉਸ ਸਾਲ ਨਾ ਬਾਰਿਸ਼ ਹੋਈ ਤਾਂ ਨਾ ਕਿ ਕੋਈ ਚੜ੍ਹ ਪਿਆ ਕਿ ਕੱਖ ਨਹੀਂ, ਗਰਮੀ ਰਹੀ ਗਰਮੀ ਹੈ ਕਿਤਨੇ ਕੋਈ ਵੀਹਾਂ ਸਾਲਾਂ ਬਾਅਦ ਗਈ ਸੀਗਾ ਇਸ ਮੌਸਮ ਵਾਲਿਆ ਰਹੀ ਗਈਆਂ ਉੱਥੇ, ਤਾਂ ਮੈਂ ਇਹ ਮੌਸਮ ਤਕਸਾਂ ਲੈ ਦਸਵਾਂ ਮਹੀਨਾ ਹੋਣਾ ਨਾ ਉਸੀ ਬਹੁਤ ਸੋਹਣਾ ਮੌਸਮ ਹੋਣਾ ਪਾਕਿਸਤਾਨ 'ਚ, ਬਾਰਿਸ਼ਾਂ ਹੋਣੀਆਂ ਹੋਣੀਆਂ ਤਾਂ ਹੁਣ ਜਿਹੜੀਆਂ ਅੰਦਰ ਆਂਡੀ ਵੀ ਰੱਖਣੀ ਬਣਾਈ ਰਹੀਆਂ ਤਾਂ ਮੈਂ ਬਾਰਾਂ ਦਿਨ ਪਹਿਲਾਂ ਜਾਣਾ ਰਿਵਿਊ ਦੱਸਾਂ ਭੈਣਾਂ ਭਰਾ ਨਾਲ ਸ਼ੇਅਰ ਕਰਾਂ ਸਾਰਿਆਂ ਹਿੱਸਾ ਪਾਇਆ ਇੱਥੇ ਆਪ ਲੈ ਇਸ ਮੁਲਖਾ ਸਾਰਿਆਂ ਹਿੱਸਾ ਪਾਇਆ ਨਾ ਫੋਨ ਕੀਤਾ ਸਾਰਾ ਆਪਣੇ ਕਿੱਥੇ ਤਾਂ ਉਹਨਾਂ ਨੇ ਪਾਕਿਸਤਾਨ ਚ ਫੋਜ ਕੀ ਹੈਗੀ ਹੈ ਵਿਚਾਰੇ ਅਜਾ ਬੁੱਢੇ ਖਿਡੇ ਪਾਸੇ ਬਸ ਨਹੀਂ ਜੀ ਪੁੱਤੋਂ ਦੋ ਜਵਾਨ ਮਰੀ ਗਏ ਤੁਸ ਉਹਨੇ ਬਦਲੇ ਨਾਲ ਜਾਣਾ ਤਾਂ ਮਤਲਬ ਉਹਨਾਂ ਨੰਘਾਰੇ ਨੇ ਬਸ ਸਹੀ ਕੀਤਾ ਅੱਜ ਖੈਰ ਪੁੱਤ ਗਏ ਮੁਹੱਲਾ ਜਾਂਦਾ ਕਿ ਉਹ ਜਵਾਨ ਚੰਗਾ ਕਰ ਪਿੱਛੇ ਰਹੇ ਨੇ ਅੱਲਾਹ ਤਾਲਾ ਸਬੂਤ ਹੈ ਇਹ ਬਸ ਉਹਨਾਂ ਬਣੀ ਗਿਆ ਥਿਆ ਹਾਲੀ ਸਬਜ਼ੀ ਦੀ ਕਮੀ ਕਹਿੰਦਾ ਮਟਰ ਥੇ ਜੇ ਫਰਿੱਜ਼ ਹੈ ਸਬਜ਼ੀ ਜਿਹੜੀ ਉੱਥੇ ਸੀ ਮਟਰ ਕੋਲ ਮੈਂ ਭਾਜੀ ਬਹਿ ਕੁਛ ਤਾਂ ਮੀਂਹ ਚੰਗੇ ਲੱਗਣੇ ਫਰਿੱਜ਼ ਵਾਲੇ ਮਟਰ ਭਾਜੀਆਂ ਨੇ ਜਿਹੜੇ ਉਹ ਤਾਂ ਨਾਈਸ ਹੋਣੇ ਪੂਰੇ ਨਹੀਂ ਫੁਦਕੀ ਪਾਕਿਸਤਾਨ ਪੂਰੀ ਫੈਮਿਲੀ ਆ ਇੱਥੇ ਉਹਨਾਂ ਕੋਲ ਜਾ ਸਾਂ ਜੇ ਫਿਰ ਬੰਦਾ ਰਹੀ ਜਾਣਾ ਸੱਤ ਅੱਠ ਰਹਿੰਦੇ ਅੱਠ ਵਜੇ ਜਾ ਸਾਂ ਸੀਗਾ ਤਾਂ ਫਿਰ ਛੱਠਾ ਪੀ ਮੁਗੀ ਸੀ ਸਾਲ ਆਪਸ ਸਲਾਮ ਵਾਲੇਕੁਮ ਭਾਈ ਭੈਣਾਂ ਭਰਾ ਕੀ ਸਲਾਮ ਦੁਆ ਦਾ ਅੱਜ
ਦੁਆ ਤੇ ਰਹੀ ਆ ਵੀਡੀਓ ਕੱਲ ਸ਼ੁਰੂ ਕੀਤੀ ਸੀ ਤੇ ਕੱਲ ਫਿਰ ਮੁਕੰਮਲ ਕੁਛ ਹੋਈ ਬਣਾਉਣੇ ਸੀ ਹੋਈ ਜੇ ਮੈਂ ਬਹਿ ਸੀ ਕੱਲ ਵੀਡੀਓ ਬਣਾਉਣੀ ਸੀ ਕਹਿੰਦਾ ਤਾਂ ਅਬੀ ਜੀ ਖਜਾ ਫਸ ਕੇ ਸਾਰੀ ਹੈਗੀ ਸਾਡੇ ਗ੍ਰਹਿ ਚ ਹੈ ਸਾਡੇ ਆਪਣੇ ਸੀ ਤਾਂ ਉਹਨਾਂ ਦੀ ਫੈਮਿਲੀ ਤਾਂ ਇੱਥੇ ਤਾਂ ਉੱਥੇ ਅਸੀਂ ਜਨਮ ਪੀ ਗਿਆ ਤਾਂ ਇਸ ਬਾਰੇ ਵੀਡੀਓ ਇਹਨੇ ਕੌਣ ਸਰ ਕੀਤਾ ਮੈਂ ਅਤੇ ਰੋਟੀ ਰੋਟੀ ਫਿਰ ਮੈਂ ਲਾਂਡੀ ਬਣਾਈ ਸੀ ਕਹਿੰਦਾ ਰੋਟੀ ਰੋਟੀ ਖਾਲੀ ਪੈ ਰਹੀ ਨਾ ਕਿਤੇ ਉੱਥੇ ਗਏ ਸੀ ਉੱਥੋਂ ਸਭ ਬਹੁਤ ਲੇਟ ਬੁੜੀਆਂ ਰਾਤੀ ਮਾੜੀ ਤਾਂ ਸਾਰਿਆਂ ਕੀ ਜਿਮਾ ਮੁਬਾਰਕ ਵੀਡੀਓ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰੀ ਛੜਾ ਜਿਹਨਾਂ ਨੇ ਨਾ ਸਬਸਕ੍ਰਾਈਬ ਕੀਤਾ ਵਾ ਉਹ ਸਬਸਕ੍ਰਾਈਬ ਕਰੀ ਛੜਾ ਕਰੋ ਤਾਂ ਉਹ ਸਾਰਿਆਂ ਭੈਣਾਂ ਭਰਾ ਦੀ ਬਹੁਤ ਬਹੁਤ ਥੈਂਕ ਯੂ ਜੇ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਅਤੇ ਵੀਡੀਓ ਸ਼ੇਅਰ ਕਰੀ ਛੜਾ ਕਰੋ ਤਾਂ ਉਹ ਅੱਛਾ ਜਦੋਂ ਉਹ ਵੀ ਸੌਦਾ ਕਿ ਇੱਛਾ ਸੌਦਾ ਹੀ ਸੱਦਿਆ ਵਾ ਤਾਂ ਆਪ ਜਾਣੇ ਜੇ ਵਾਲ ਸਾ ਮੈਂ ਸੌਦਾ ਕਰਨ ਕੀ ਇੱਛਾ ਘੁੰਮਣਾ ਤਾਂ ਮੈਂ ਜਿਵੇਂ ਦੱਸਾਂ ਮੈਂ ਸ਼ਾਪਿੰਗ ਕਰੀ ਜਾਣਾ ਤਾਂ ਫਿਰ ਅੱਛੀ ਨਾ ਇਹ ਆਪਣੇ ਕੰਮ ਲਈ ਪੈਸੇ ਮੈਂ ਆਪਣੇ ਲਈ ਦੱਸਾਂ ਅੱਛਾ ਜਦੋਂ ਬਾਗੋ ਬੱਚੇ ਨਹੀਂ ਰੋਸਾ ਲਈ ਨਹੀਂ ਡੱਬਾ ਉਹ ਸੋ ਉਹ ਬੜਾ ਡੱਬਾ ਕਿੰਗਾ ਬੋਲੇ ਵਾਲਾ ਇਹ ਕਹੀ ਕਿ ਇਹ ਬਲੂ ਵਾਲਾ ਆ ਇਹ ਤੂੰ ਬਲੂ ਚਿਕਾ ਜਾ ਇਹ ਦਿਸ ਇਸ ਬਲੂ ਐਸ ਇਸ ਗੋ ਜਾ ਇਹ ਹੈਲੋ ਹਾਂ ਪੂਰਾ ਡੱਬਾ ਮੈਂ ਖਾਈ ਗਿਆ ਟਮਾਟਰ ਇੱਥੇ ਮਿੱਠੇ ਹੋਏ ਚਾਹੀਦੀਆਂ ਸੀ Thank you.
ਬਾਹਰ ਨਿਕਲ ਤਾਂ ਪਤਾ ਲੱਗਣਾ ਸਾਰਾ ਜਦ ਪੈਰ ਇਤਨੀ ਧੁੱਪ ਹੋਣੀ ਸੀ ਡਾਢੀ ਲੱਗਣੀ ਹੁਣ ਇਤਨੀ ਦਿਹਾੜ ਛੁੱਟੀ ਹੋਏਗੀ ਤੇ ਦਿਹਾੜ ਬਾਹਰ ਪਈ ਗਿਆ ਅਜਾਸ ਨਹੀਂ ਹੋਈ ਇਤਨੀ ਸੋਹਣੀ ਸੱਠ ਦੀ ਹਵਾ ਚੁੱਲੀ ਤੇ ਮੁੰਡੀ ਨੇ ਰਹਿ ਵੇਲਾ ਪਈ ਜਾਣਾ ਨਾ ਇਸ ਬੰਦਾ ਬਾਹਰ ਨਿਕਲਿਆ ਤਾਂ ਜ਼ਹਿਰ ਉਹ ਕੰਨੇ ਸਹੀ ਹੋਗਾ ਇਸ ਕਾ ਟਾਈਮ ਤਾਂ ਲੱਗਿਆ ਮੈਂ ਤੁਹਾਨੂੰ ਬਾਈ ਸੀ ਮੈਂ ਚੱਲ ਉਹ ਛੇ ਕੰਮ ਦੋਨੇ ਰੋਜ਼ ਲੈ ਵੀਕ ਨੇ ਵਾਲਾ ਸੌਦੇ ਇਕੱਠੇ ਕਰੋ ਤਾਂ ਇਹੋ ਹੀ ਕਰਦੇ ਆ ਘਰ ਨੇ ਕੰਮ ਸਾਰੇ ਮੁਕਾਓ ਤੇ ਉਹ ਕੰਨੇ ਟਾਈਮ ਹੀ ਲੱਗਾ ਜੇ ਗਿੰਟਾ ਕੱਢਾ ਬੰਦਾ ਪੈਸੇ ਜਾਏ ਉਸ ਪਾਸੇ ਬਾਹਰ ਪੂਰੀ ਫਰੀ ਚੋ ਹੁਣ ਤਾਂ ਦਿਹਾੜੇ ਮੁਝੇ ਦਿਹਾੜੇ ਥੋੜ੍ਹੇ ਜ਼ਿਆਦਾ ਘੱਟ ਜਿਹਾ ਨਹੀਂ ਰਹਾ ਚੱਲ ਸਦਕੇ ਇੰਨਾ ਬਾਹਰ ਨਿਕਲ ਮੈਂ ਤਾਂ ਬਾਹਰ ਆ ਲੱਗ ਰਹੀ ਚੀਲਾ ਪੈਸਾ ਸਾਹਿਬ ਲਈ ਜਾਣਾ ਪੈਸਾ ਸਿਰਾ ਚੀਲਾ ਲਈ ਜਾਣਾ ਤੇ ਚੀਲੇ ਸਮਝੋ ਫਿਰ ਹੁਣ ਜੇ ਕੁੱਕੀ ਕਰਨੀ ਨਾ ਆ ਜਾਓ ਤਾਂ ਫਿਰ ਕੋਲ ਸੱਟੇ ਪਿੱਛੇ ਨਾ ਇੰਦਰੂ ਇਹ ਸੋਚਦੇ ਤਾਂ ਕਮਲਾ ਨਹੀਂ ਆਇਆ ਸੀ ਕੰਮੇ ਕਰੋ ਮੈਂ ਜਿਹੜਾ ਠੀਕ ਇੱਛਾ ਸਾਲੂ ਠਾ ਥਿਆ ਸਾ ਰਾਤਾ ਮੈਂ ਰੋਟੀ ਖਾਣੇ ਦੇ ਦਰਵਾਜ਼ ਨਾਲ ਸਾਲੂ ਖਾਈ ਉਸ ਰੋਟੀ ਦਾ ਉਹ ਇਧਰ ਆ ਜਾਂਦਾ ਮੱਛੀ ਕੀ ਚੰਗੀ ਦੀ ਕਮਲਾ ਮੱਛੀ ਕੀ ਜਿਹੜੇ ਦੱਸਦੇ ਮੱਛੀ ਖਾ ਸਕਦਾ ਮੱਛੀ ਤੇ ਨਹੀਂ ਸਕਦਾ ਜਵਾਨ ਛੁੱਟੀ ਜੱਸੀ ਜੇ ਕੁੱਕੀ ਕਰਦੀ ਰਹੀ ਤਾਂ ਕਿਸੇ ਜਵਾਬ ਕਰਤੀ ਵੀ ਅਗਲਾ ਕੰਮ ਸਾਰਾ ਕੀ ਨਹੀਂ ਗਿਆ ਸ਼ਾਪੀ ਕਰ ਆਉਂਦੀ ਇਹ ਦਾਲ ਆਉਂਦੀ ਪੁੱਛੀ ਨੀ ਡੱਬਿਆ ਨੀ ਲੇਟ ਹੋਈ ਜਾਂਦੇ ਬਣਾ ਹੋਇਆ ਕਿ ਬੇਲੀ ਬੇਲੀ ਫਿਕ ਇਹ ਆਲੂ ਸਵੇਰ ਸੁਬਹ ਪਿਆਜ ਮੱਛੀ ਇਹ ਸਾਰੇ ਸੈਲਫ ਸੈਲਫ ਦੇ ਦਿੰਦੇ ਤੇ ਆਪੀ ਇਹ ਟਮਾਟਰ ਇਹ ਸਭ ਸਸੇ ਦੇ ਇਹ ਮਿੱਟੀ ਦੇ ਸਾਥ ਖਾਣੇ ਵਾਲੇ ਤੇ ਚੰਗੇ ਲੱਗਨੇ ਸਸੇ ਖਾਣੀ ਜਿਹੜੀ ਜੇ ਠੀਕ ਹੋ ਸੀ ਤਾਂ ਤੇ ਇਹ ਸਭ ਕੁਝ ਇਹ ਫਾਜ ਸੁਕਾਉਣ ਦਾ ਖਿਆ ਮੈਂ ਸਾਰਾ ਕੱਢ ਫਿਰ ਤੋਂ ਬੈਗਾ ਚੋ ਉਹ ਜਿਹੜੀ ਫਿਜ਼ਾ ਚ ਜਿਹੜੀ ਫਿਜ਼ਾ ਰੱਖੀ ਉਹ ਸਮਝ ਗਿਆ ਫਿਜ਼ਾ ਰੱਖਿਆ ਜਿਹੜੀ ਫਿਜ਼ਾ ਚ ਇਥੋਂ ਦਾ ਜਿਹੜੇ ਟਮਾਟਰ ਟਮਾਟਰ ਦੇ ਕੇ ਜੇ ਚੀਜ਼ਾਂ ਤੋਂ ਸਮਝ ਗਏ ਇਸ ਕਰ ਮੈਂ ਕਿ ਨਹੀਂ ਚਾ ਆ ਸ਼ਾਪਿੰਗ ਕਰੀ ਤਾਂ ਆਉਂਦੀ ਸੀ ਸੋਦੇ ਦੀ ਸ਼ਾਪਿੰਗ ਕਰੀ ਕਹਿੰਦੀ ਉਸ ਨਾਲ ਸ਼ੇਅਰ ਕੀਤੀ ਸੀ ਇੱਥੋਂ ਦੀ ਸ਼ਾਪਿੰਗ ਭਾਈ ਹੋਰ ਸੀ ਮੈਂ ਅੱਜ ਫਿਰ ਆਪਣਾ ਸ਼ੇਅਰ ਕਰੀ ਕਿਨਾ ਮਾੜੀ ਜਾਣੇ ਜੇ ਮਾੜੀ ਫਿਰ ਗਈ ਸੀ ਪਾਕਿਸਤਾਨ 'ਚ ਦੇ ਦੋ ਹਫ਼ਤੇ ਤੇ ਤਾਂ ਮੁੜੀ ਆਈ ਨਾ ਕੱਲ੍ਹ ਤੂੰ ਉਸ ਦੋ ਤਿੰਨ ਚੀਜ਼ਾਂ ਹੁੰਦੀਆਂ ਮਾਰਿਆ ਤੇ ਬਹੁਤ ਬੜੀ ਗੱਲ ਹੀ ਹੈ ਬਹੁਤ ਬੜੀ ਗੱਲ ਜੇ ਤੇ ਜਾਓ ਤਾਂ ਜਿੱਦਾਂ ਆਪਣੀਆਂ ਚੀਜ਼ਾਂ ਹੋ ਗਈਆਂ ਸਮਾਜ ਕਾਫੀ ਸਾਰਾ ਜਿੰਨਾ ਉਹ ਪਤਾ ਦੇ ਜੇ ਇਹ ਡਾਇਰੈਕਟ ਜਾ ਜੀ ਕੋਈ ਨੇ ਤਾਂ ਡਾਇਰੈਕਟ ਨਹੀਂ ਵੈਸੇ ਜਾ ਜਾਓ ਤਾਂ 40 ਕਿਲੋ ਵਜ਼ਨ ਸਭ ਵੱਲ ਉੱਠੀ ਨਾ ਤੇ ਫਿਰ ਵੀ ਦੇਖੋ ਕਤੂਰੀ ਚਾਹੀਦਾ ਦਿਵੇ ਜੀ ਫਿਰ ਚੋ ਕਤਨਾ ਗਿਆ 25 ਕਿਲੋ ਜਾਂ 20 ਕਿਲੋ ਮੇਰਾ ਵਜ਼ਨ ਮਦਗਾ ਸੀ ਜਾਂ ਬੈ ਸੋ ਮੈਂ ਸ਼ੇਅਰ ਕਰ ਚਲੋ ਗੱਲ ਦੇ ਨਹੀਂ ਜੇ ਇਥੇ ਇਹ ਸਭ ਥੋੜਾ ਆ ਕਿ ਜੇ ਕੋਈ ਗੱਲ ਖਿਆਲ ਹੈ ਨਹੀਂ ਗੱਲ ਹੋਣੀ ਜੇ ਕਿਸੇ ਖਿਆਲ ਹੋਣਾ ਤਾਂ ਖੁਸ਼ੀ ਹੋਣੀ ਇਸ ਤਰ੍ਹਾਂ ਮੈਂ ਕੀ ਕਹਿੰਦਾ ਸ਼ੇਅਰ ਕਰਾਂ ਇਹ ਵੀ ਆਪਣੀ ਭੈਣ ਭੈਣਾਂ ਭਰਾਵਾਂ ਨੂੰ ਇਹ ਸੂਟ ਹੈ ਕਰਦਾ ਕੱਪੜਿਆਂ ਦਾ ਮੈਂ ਖੁਦ ਤੱਕ ਕਹਿੰਦਾ ਕਿ ਜੇ ਤਾਂ ਦੇ ਨਾ ਮੈਂ ਆਪੇ ਖੁਦ ਤੱਕ ਕੋਈ ਨਹੀਂ ਥੀ ਉਹ ਹਾਂ ਮਾਸ਼ਾਅੱਲਾ ਸਾਰੇ ਸੁਭੇ ਹੀ ਥੇ ਹੈ ਜਵਾਲੇ ਚਲੋ ਵਿੱਚ ਦੁਆ ਬਣੀ ਥਿਆ ਨਾ
ਇਹ ਵੀ ਸਿਆਲ ਕਰੇ ਲਾ ਵੀ ਉਹ ਬਹੁਤ ਵਾਧੂ ਪੈਂਜਾ ਸੁਣਨਾ ਪੈਂਜਲਾ ਨਾ ਲੈ ਸਾ ਪੁੱਲਾ ਪੁੱਲਾ ਕਪੜਾ ਤੇ ਹੱਸ ਜਾ ਲੋਹਣਾ ਨਾ ਮਲੋ ਇਸ ਤਾਰੇ ਦੇ ਇਸ ਥਲੇ ਚਲੋ ਲੈ ਸਾ ਸੁੱਕ ਲੋਹਣਾ ਕਪੜਾ ਲੋਹਣਾ ਨਾ ਤਾਂ ਠੀਕ ਰਹਿਣਾ ਸਾ ਬੜੀ ਗੱਲ ਨਾ ਥੋੜੀ ਥੋੜੀ ਚੀਜ਼ਾਂ ਚੀਜ਼ਾਂ ਦਾ ਇਹ ਮਸ਼ੀਨ ਡੱਬਾ ਇਹ ਏਅਰਪੋਰਟ ਪਾਉਂਦਾ ਅੱਛਾ ਦਿਸਣਾ ਇਹ ਚੂੜੀਆਂ ਮੇਰੇ ਲਈ ਪਾਕਿਸਤਾਨ ਦੀਆਂ ਚੂੜੀਆਂ ਮੇਰੇ ਲਈ ਹੈਗੀਆਂ ਖਾਸ ਚੀਜ਼ ਹੈ ਸਾਰੀਆਂ ਖਾਸ ਕਰ ਸਪੈਸ਼ਲ ਕਰ ਪਰ ਇਹ ਜਿਹੜਾ ਮਸਾਲਾ ਚਾਵਲਾਂ ਵਾਲਾ ਇਹ ਅੱਗੇ ਮੈਂ ਬਣੀ ਸੀਗਾ ਇਹ ਉਸਾ ਦਿੱਤਾ ਸਾ ਜਦੋਂ ਅੱਗੇ ਬਣੀ ਸੀਗਾ ਉਹ ਤਾਂ ਉਹ ਪੈਕਿੰਗ ਦਾ ਸਮਾਂ ਮੈਂ ਪੈਕਟਾਂ ਸਨ ਉਹ ਮੈਂ ਖੁਦ ਮੈਂ ਡੱਬੇ ਬੈਠੀ ਰਿਹਾ ਸਾਂ ਅਤੇ ਇਹ ਡੱਬੇ ਜਿਹੜਾ ਆਉਂਦੇ ਸੀ ਤਾਂ ਇਹ ਉਸਨੇ ਆਪਣੀ ਅੰਮੀ ਕਤਰ 'ਚ ਗਏ ਨਾ ਤਾਂ ਉਹਨਾਂ ਆਉਂਦਾ ਵਾ ਉੱਥੇ ਪਾਕਿਸਤਾਨ ਜਾਂਦਾ ਵਾ ਫਿਰ ਇਸ ਕਿਤੇ ਜਾ ਰਹੇ ਤਾਂ ਇਹ ਜਾ ਇਹ ਲਵਾਇਆ ਨਾ ਇਹ ਵੀ ਉੱਥੋਂ ਆਇਆ ਅਤੇ ਉਹਨਾਂ ਭੇਜਿਆ ਮਾੜਿਆ ਵਾਸਤੇ ਉਸਨੇ ਅੰਮੀ ਭੇਜਿਆ ਮਾੜਿਆ ਵਾਸਤੇ ਇਹ ਡੱਬਾ ਤਾਂ ਇਹ ਜਿਹੜਾ ਨਾ ਇਹ ਉਹਨਾਂ ਨੇ ਉਸ ਅੰਮੀ ਉਸ ਉਹਨਾਂ 'ਚੋਂ ਇੱਕ ਡੱਬਾ ਉਸ ਅੰਮੀ ਦਿੱਤਾ ਅਤੇ ਇਹ ਮਠਿਆਈ ਤਾਂ ਇਹ ਕੱਪੜੇ ਤਾਂ ਥੈਂਕ ਯੂ ਸੋ ਮੱਚ ਜੇ ਚਲੋ ਖਾਲੀ ਇੱਕ ਚੀਜ਼ ਕੋਈ ਤਾਂ ਯਾਰ ਅੱਜ ਕਿਸੇ ਕੀ ਦੇਖ ਲਓ ਕੋਈ ਇੱਕ ਚੀਜ਼ ਦੇਖ ਲਓ ਇਹ ਡੱਬਾ ਹੋਣਾ ਲੱਗਿਆ ਕਾਫੀ ਸਭ ਬੂਸਰ ਕੇ ਚੀਜ਼ਾਂ ਹੈਗੀਆਂ ਤਾਂ ਖੁਸ਼ੀ ਹੈਗੀ ਇੱਥੇ ਜੇ ਇਤਨਾ ਜ਼ਿਆਦਾ ਕੀਤਾ ਸੋ ਤਾਂ ਛੇ ਸੱਤ ਬੰਦੇ ਦਸਾਂ ਬੰਦੇ ਮੈਂ ਬਣੇ ਦਸਾਂ ਬੰਦੇ ਇੱਥੇ ਚੀਜ਼ਾਂ ਹੋ ਜਾਂਦਾ ਕੱਤਾ ਮਸਲ ਬਣ ਚਲਾ ਤਿਆ ਮੈਂ ਆਈ ਮੈਂ ਭੈਣ ਭਰਾ ਆਪਣਾ ਸ਼ੇਅਰ ਕਰੀ ਖਾਂ ਦੱਸਿਆ ਮੈਂ ਕਿ ਉਸ ਕਿਹੋ ਜਿਹੇ ਲੱਗੇ ਦੇ ਚੰਗੇ ਲੱਗੇ ਦੇ ਜਾਂ ਨਹੀਂ ਤਾਂ ਇਹ ਚਾਵਲ ਵਾਲਾ ਮਸਾਲਾ ਗਾ ਇਹ ਬੁੰਦਾ ਇਸ ਨਾ ਸਹੀ ਕਦੇ ਤੂੰ ਕੋਲ ਕੇ ਉਹਨਾਂ ਬਾਅਦ ਦੱਸੀ ਕਿ ਦਿੰਦਾ ਬੂਸਰਾ ਸੀ ਵੱਡੇ ਚਾਵਲ ਬਿਰਿਆਨੀ ਬਣਾਓ ਤਾਂ ਵੀ ਤਾਂ ਜਦੋਂ ਹੀ ਸਭ ਇੱਦਾਂ ਬਿਰਿਆਨੀ ਹੈ ਨਹੀਂ ਹੋ ਤੁਸੀਂ ਕੁਛ ਬੋਝ ਸੀ ਜ਼ਾਇਕਾ ਇਤਨਾ ਸਮਾਉਣਾ ਪਰ ਤੁਸੀਂ ਪੈਕਿੰਗ ਜਿਹੜਾ ਦੱਸੀ ਨਾ ਉਹ ਇਹ ਪੈਕਟਾਂ ਹੀ ਪਿਆ ਸਾਨੂੰ ਮੈਂ ਪੈਕਟਾਂ ਕੱਢ ਤੱਕ ਬਈ ਸਾ ਮਿਸੀ 'ਚ ਡੱਬੇ 'ਚੋਂ ਇਹ ਸਭ ਪੈਕ ਕੀਤਾ ਵਾ ਤੁਹਾਨੂੰ ਦੱਸਿਆ ਜੇ ਕਿ ਮਾੜੇ ਗਿਫਟ ਕਿਹੋ ਜਿਹੇ ਲੱਗਦੇ ਥੈਂਕ ਯੂ ਭਾਅ ਜੀ ਫਿਰ ਆਪਾਂ ਸਾਰਿਆਂ ਨੇ ਜਿਹੜੇ ਕੰਮ ਕਰਨੇ ਹੋ ਤਾਂ ਜੇ ਟੀ ਵੀ ਵੀਡੀਓ ਤੱਕ ਟੀ ਵੀ ਤੱਕਦੇ ਹੋ ਆਪ ਮੂਹੇ ਟੀ ਵੀ ਲਗਾਓ ਉਧਰ ਤਾਂ ਆਣੀਆਂ ਜੇ ਟੀ ਵੀ ਤੱਕਦੇ ਹੋ ਵੀਡੀਓ ਤੱਕਦੇ ਹੋ ਉਹਨਾਂ ਨੂੰ ਬਹੁਤ ਬਹੁਤ ਥੈਂਕ ਯੂ ਤਾਂ ਸਬਸਕ੍ਰਾਈਬ ਕਰੀ ਛੜਾ ਕਰੋ ਜੇ ਨਵੇਂ ਜੁਨੀਅਰ ਸਬਸਕ੍ਰਾਈਬ ਕਰੀ ਛੜਾ ਕਰੋ ਤਾਂ ਜੇ ਤੱਕਦੇ ਹੋ ਵੀਡੀਓ ਅੱਗੇ ਸ਼ੇਅਰ ਕਰੀ ਛੜਾ ਕਰੋ ਅੱਲਾਹ ਤਾਲਾ ਸਾਰੇ ਖੁਸ਼ ਬਾਸ਼ ਰੱਖਿਆ ਜਾਂ ਵਿਆਹ ਦੇਣਾ ਤਾਂ ਸਾਰਿਆਂ ਵਾਸਤੇ ਮੈਂ ਦੁਆ ਹੀ ਅੱਲਾਹ ਤਾਲਾ ਸਾਰੇ ਕੀ ਲੰਬੀ ਸਿਹਤ ਵਾਲੀ ਜ਼ਿੰਦਗੀ ਦੇ ਸਾਰੇ ਹੱਸਣੇ ਬਸਨੇ ਰਹੋ ਖੁਸ਼ ਬਾਸ਼ ਆਪਣੇ ਘਰਾਂ 'ਚੋਂ ਤਾਂ ਮਾੜਾ ਸੀ ਦੁਆ ਕਰਿਆ ਨਾਲ ਜੇ ਸਪੋਰਟ ਕਰਨੇ ਹੋ ਤਾਂ ਸਪੋਰਟ ਕਰਨੇ ਦੇ ਆਏ ਤਾਂ ਅੱਲਾਹ ਸੋਹਣੇ ਨੂੰ ਵਾਲਾ